ਸਭ ਤੋਂ ਪਹਿਲੇ ਸਾਰਿਆਂ ਨੂੰ ਦਰਸ਼ਕਾਂ ਨੂੰ ਸਾਰੇ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਆਦਾਬ। ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਮੈਨੂੰ ਮੌਕਾ ਮਿਲਿਆ ਕਿ ਮੈਂ ਤੁਹਾਡੇ ਰੂਬਰੂ ਹੋ ਸਕਦਾ ਤਾਂ ਜੋ ਤੁਹਾਨੂੰ ਮੈਂ ਆਪਣੇ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਮਿਲ ਸਕਾਂ। 8 ਤਰੀਕ ਨੂੰ ਮੈਂ ਇੰਡੀਆ ਗਿਆ ਸੀ। ਇੰਡੀਆ ਤੋਂ ਫਿਰ ਲਾਂਘੇ ਦੇ ਥਰੂ ਜਿਹੜਾ ਕੋਰੀਡੋਰ ਨਵਾਂ ਖੁੱਲ੍ਹਿਆ ਉਹਦੇ ਥਰੂ ਮੈਂ ਕਰਤਾਰਪੁਰ ਸਾਹਿਬ ਗਿਆ ਔਰ ਦਰਸ਼ਨ ਕੀਤੇ ਗੁਰੂ ਆਪਣੇ ਹਜ਼ੂਰ ਸਾਹਿਬ ਦੇ। ਔਰ ਇਹ ਇੰਨਾ ਵਧੀਆ ਲੱਗਾ ਉੱਦਣ ਕਿ ਮੈਂ ਸੋਚਦਾ ਸੀ ਕਿ ਮੇਰੇ 'ਤੇ ਇੱਕ ਅਪਾਰ ਕਿਰਪਾ ਰੱਬ ਦੀ ਹੋਈ ਹੈ ਕਿ ਮੈਨੂੰ ਇੱਕ ਮੌਕਾ ਮਿਲਿਆ ਕਿ ਮੈਂ ਆਪਣੇ ਆਪ ਜਾ ਕੇ ਆਪਣੇ ਗੁਰੂ ਦੇ ਡੇਰੇ ਦੇ ਉੱਤੇ ਆਪਣਾ ਮੱਥਾ ਲਾ ਸਕਾਂ। ਉੱਥੇ ਇੱਕ ਬਹੁਤ ਜ਼ਿੰਦਗੀ ਦੇ ਵਿੱਚ ਮੇਰੇ ਵਾਸਤੇ ਇੱਕ ਬਹੁਤ ਮੇਰੇ ਵਾਸਤੇ ਨਹੀਂ ਜਿੰਨੇ ਉੱਥੇ ਆਏ ਉਹ ਸੀ ਸਾਰੇ ਇਸੇ ਤਰ੍ਹਾਂ ਹੀ ਸੋਚਦੇ ਸੀ। ਉਹ ਸਾਰਿਆਂ ਦੇ ਦਿਲਾਂ 'ਚ ਇਹ ਇੱਕ ਸ਼ਰਧਾ ਸੀ, ਇੱਕ ਇਹ ਪਿਆਰ ਸੀ, ਦੋਨਾਂ ਗੌਰਮੈਂਟਾਂ ਵਾਸਤੇ ਪਿਆਰ ਸੀ ਜਿਨ੍ਹਾਂ ਨੇ ਇੱਕ ਅੱਗੇ ਵੱਧ ਕੇ ਆਪਣਾ ਇੱਕ ਵਧੀਆਪਣ ਦਿਖਾਇਆ ਕਿ ਹਰ ਇੱਕ ਸਿੱਖ ਭਾਈਚਾਰੇ ਨੂੰ ਮੌਕਾ ਦਿੱਤਾ ਕਿ ਉਹ ਆਪਣੇ ਗੁਰੂ ਦੀ ਪ੍ਰਾਣੀ ਚਰਨ ਛੋਹ ਜਿੱਥੇ ਸੀ ਗੁਰੂ ਦੀ ਉੱਥੇ ਜਾ ਕੇ ਆਪਣੇ ਮੱਥਾ ਖਸਾ ਸਕਣ। ਔਰ ਉਸ ਦਿਨ ਰੀਅਲੀ ਇੱਕ ਇਸ ਤਰ੍ਹਾਂ ਲੱਗਾ ਸੀਗਾ, ਇੱਧਰੋਂ ਇੰਡੀਆ ਗੌਰਮੈਂਟ ਦੇ ਟਰਮੀਨਲ ਤੋਂ ਜਦੋਂ ਲੰਘ ਕੇ ਗਏ ਹਾਂ ਕਿ ਇੰਡੀਆ ਗੌਰਮੈਂਟ ਨੇ ਵੀ ਇੱਕ ਬਹੁਤ ਬਿਹਤਰੀਨ ਤਰੀਕੇ ਦੇ ਨਾਲ ਬਹੁਤ ਸੋਹਣਾ ਇੱਕ ਟਰਮੀਨਲ ਬਣਾਇਆ ਔਰ ਬਹੁਤ ਵਧੀਆ ਫੈਸਿਲਿਟੀਆਂ ਔਰ ਬਾਬੇ ਨੂੰ ਬੜੇ ਅਦਬ ਦੇ ਨਾਲ ਬਾਬੇ ਦੇ ਬਾਰੇ ਉੱਥੇ ਆਪਣੇ ਟਰਮੀਨਲ ਦੇ ਵਿੱਚ ਹਰ ਤਰ੍ਹਾਂ ਦੀਆਂ ਚੀਜ਼ਾਂ। ਉਸ ਤੋਂ ਬਾਅਦ ਅਸੀਂ ਜਥਾ ਪਹਿਲੇ ਜਥੇ ਦੇ ਵਿੱਚ, ਮੇਰੀ ਕਿਸਮਤ ਬੜੀ ਚੰਗੀ ਆ ਕਿ ਮੈਂ ਪਹਿਲੇ ਜਥੇ ਦੇ ਵਿੱਚ ਹੀ ਗਿਆ ਅੱਗੇ। ਜਦੋਂ ਮੈਂ ਜਥੇ ਵਿੱਚ ਜਾਂਦਾ ਤਾਂ ਉਸ ਵੇਲੇ ਵੀ ਮੈਨੂੰ ਇੱਕ ਮਾਣ ਫੀਲ ਹੁੰਦਾ ਸੀ ਕਿ ਮੈਨੂੰ ਕੈਨੇਡਾ ਤੋਂ ਪਾਰਲੀਮੈਂਟ ਮੈਂਬਰ ਹੁੰਦੇ ਹੋਏ ਅੱਜ ਮੈਨੂੰ ਮੌਕਾ ਮਿਲਿਆ ਕਿ ਮੈਂ ਪਾਕਿਸਤਾਨ ਨੂੰ ਪਹਿਲੇ ਜਥੇ ਦੇ ਵਿੱਚ ਥਰੂ ਕੋਰੀਡੋਰ ਜਾ ਰਿਹਾ। ਉਸ ਤੋਂ ਬਾਅਦ ਅਸੀਂ ਆਪਣੀ ਇੱਧਰੋਂ ਇੰਡੀਆ ਸਾਈਡ ਦੇ ਉੱਤੋਂ ਇਮੀਗ੍ਰੇਸ਼ਨ ਕਰਾ ਕੇ ਜਦੋਂ ਉੱਧਰ ਗਏ ਹਾਂ ਤਾਂ ਪਾਕਿਸਤਾਨ ਸਾਈਡ ਦੇ ਉੱਤੇ ਆਹ ਕਿਆ ਬਾਤ ਹੈ, ਕਿਆ ਪਿਆਰ ਰਸੂਖ, ਕਿਆ ਮਿਲਣਸਾਰਤਾ ਦਿਖਾਈ ਉੱਥੇ ਉਹਨਾਂ ਨੇ। ਕੁਛ ਮਿੰਟਾਂ ਦੇ ਵਿੱਚ ਹੀ ਸਾਨੂੰ ਕਲੀਅਰੈਂਸ ਕਰਕੇ ਸਾਨੂੰ ਕਾਰਡ ਸਾਡੇ ਦੇ ਦਿੱਤੇ ਗਏ ਤਾਂ ਜੋ ਅਸੀਂ ਉਹ ਕਾਰਡ ਅੱਗੇ ਦਿਖਾ ਕੇ ਦੇ ਅਸੀਂ ਲਾਂਘੇ 'ਚ ਤੋਂ ਪਾਰ ਕਰ ਸਕੀਏ। ਗੱਡੀਆਂ ਤਿਆਰ ਖੜ੍ਹੀਆਂ ਸੀ ਸਾਨੂੰ ਨਾ ਗੱਡੀਆਂ ਦੇ ਵਿੱਚ, ਨਵੀਆਂ ਗੱਡੀਆਂ ਜਿਹੜੀਆਂ ਮੇਰੇ ਕੋਲ ਪਹਿਲੀ ਵਾਰੀ ਚੱਲੀਆਂ, ਚਾਈਨਾ ਦੀਆਂ ਮੋਹਰਾਂ ਉੱਤੇ ਲੱਗੀਆਂ ਅਤੇ ਉਹ ਮੈਂ ਦੇਖਦਾ ਸੀ, ਬੜੀ ਵਧੀ ਚੀਜ਼ ਸੀ ਉਹ, ਇੱਕ ਬਹੁਤ ਸੋਹਣਾ ਲੱਗਾ ਕਿ ਗੱਡੀਆਂ ਕਿਸ ਤਰ੍ਹਾਂ ਸਾਨੂੰ ਲੈ ਕੇ ਜਾਂਦੀਆਂ। ਔਰ ਅੱਗੇ ਵੀ ਬੜੇ ਬਹੁਤ ਪਿਆਰ ਰਸੂਖ ਦੇ ਨਾਲ ਗੁਰਦੁਆਰੇ ਪਹੁੰਚ ਕੇ ਸਾਨੂੰ ਬਹੁਤ ਆਦਮ ਮਾਣ ਦਿੱਤਾ ਗਿਆ। ਗਰਮੀ ਬਹੁਤ ਜ਼ਿਆਦਾ ਸੀ ਉਸ ਦਿਨ, 27 ਡਿਗਰੀ ਦੇ ਕਰੀਬ ਟੈਂਪਰੇਚਰ ਸੀ, ਪਰ ਲੋਕਾਂ 'ਚ ਜਿਹੜਾ ਖਰੂਸ ਸੀ, ਜੋਸ਼ ਸੀ, ਉਹ ਜੋਸ਼ ਇੰਨਾ ਮੰਡਾ ਮਾਰਦਾ ਸੀ ਕਿ ਲੋਕ ਦਗ ਦਗ ਹੋ ਉੱਠੇ ਸੀ। ਸਾਡੇ ਨਾਲ ਉਸ ਵੇਲੇ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ, ਸਾਬਕਾ ਚੀਫ ਮਿਨਿਸਟਰ, ਸਾਬਕਾ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ, ਸਾਬਕਾ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ, ਹੋਰ ਵੀ ਕਈ ਕਈ ਕਾਫੀ ਉੱਘੀਆਂ ਹਸਤੀਆਂ ਸੀ, ਮੌਜੂਦਾ MLA ਸਰਕਾਰ ਦੇ, ਪੰਜਾਬ ਗੌਰਮੈਂਟ ਦੇ ਅਤੇ ਪੰਜਾਬ ਗੌਰਮੈਂਟ ਸੈਂਟਰ ਗੌਰਮੈਂਟ ਦੇ ਵੀ ਅਫਸਰਸ ਕਾਫੀ ਵਿੱਚ ਨਾਲ ਸੀਗੇ ਜਿਨ੍ਹਾਂ ਦੇ ਨਾਲ ਉੱਥੇ ਜਾਣ ਦਾ ਮੈਨੂੰ ਵੀ ਮੌਕਾ ਮਿਲਿਆ। ਗੁਰਦੁਆਰੇ ਗਏ, ਗੁਰਦੁਆਰੇ ਵਿੱਚ ਆਪਣਾ ਬਹੁਤ ਵਧੀਆ ਲੱਗਾ ਜਿਹੜਾ ਇੰਤਜ਼ਾਮ ਦੇਖ ਕੇ ਉੱਥੇ, ਔਰ ਗੁਰਦੁਆਰੇ ਦੇ ਵਿੱਚ ਵੀ ਅੰਦਰ ਇੰਨਾ ਸਕੂਨ, ਇੰਨਾ ਪਿਆਰ ਮਿਲਿਆ। ਉਸ ਤੋਂ ਬਾਅਦ ਅਤੇ ਫਿਰ ਸਟੇਜ ਸ਼ੁਰੂ ਹੋ ਗਈ ਸੀ, ਸਟੇਜ 'ਤੇ ਫਿਰ ਨਾਅਰੇਬਾਜ਼ੀ ਵੀ ਸੁਣੀ ਦੋਨੋਂ ਪਾਸਿਆਂ ਦੀ, ਆਪਣੇ ਸਾਡੇ ਵੀ ਸਿੱਧੂ ਸਾਹਿਬ ਨਾਅਰੇ ਲਾਉਣ ਨੂੰ ਘੱਟ ਨਹੀਂ ਸੀ ਉੱਥੇ, ਅਤੇ ਆਪਣੇ ਖਾਨ ਸਾਹਿਬ ਪ੍ਰਾਈਮ ਮਿਨਿਸਟਰ ਸਾਹਿਬ ਨੇ ਤਾਂ ਜੋ ਵਰਡ ਕਹੇ ਉੱਥੇ, ਲੋਕ ਉਹਨਾਂ ਨੂੰ ਪਿਆਰ ਦਿੰਦੇ ਸੀ ਉਸ ਵੇਲੇ ਕਿ ਤੁਸੀਂ ਇੱਕ ਬਹੁਤ ਵੱਡਾ ਕਦਮ ਚੱਕਿਆ ਹੈ ਕਿ ਤੁਸੀਂ ਇੱਕ ਸਾਨੂੰ ਆਉਣ ਦਾ ਇੱਥੇ ਮੌਕਾ ਦਿੱਤਾ। ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਪਾਕਿਸਤਾਨ ਦੇ ਖਾਨ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਤੁਸੀਂ ਇੱਕ ਐਡਾ ਵੱਡਾ ਕਦਮ ਚੁੱਕਿਆ ਔਰ ਐਡਾ ਵੱਡਾ ਸਟੈਪ ਲਿਆ ਕਿ ਤੁਸੀਂ ਸਾਡੇ ਦਿਲਾਂ ਨੂੰ ਜਿੱਤ ਲਿਆ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਦਿਲਾਂ ਤੋਂ ਬੇਹੀ ਨਹੀਂ ਕੱਲਾ ਦਿੰਦਾ ਸੀ, ਤੁਹਾਨੂੰ ਸਾਰਿਆਂ ਦੀਆਂ ਅਸੀਸਾਂ ਲੱਗਣੀਆਂ, ਸੁਣੇ ਤੁਹਾਨੂੰ ਉਸ ਵੇਲੇ ਅਸੀਸਾਂ ਦੇ ਰਿਹਾ ਸੀ। ਬਹੁਤ ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ ਜੀ। ਇਹਦੇ ਨਾਲ ਹੀ ਮੈਂ ਸਮਾਪਤ ਕਰਦਾ।